ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ 30 ਜਨਵਰੀ ਸਨ 1630 ਦਿਨ ਐਤਵਾਰ ਨੂੰ ਪਿਤਾ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਉੱਧਰ ਤੋਂ ਕੀਰਤਪੁਰ ਸਾਹਿਬ ਵਿੱਚ ਅਵਤਾਰ ਧਾਰਿਆ। ਡੰਡੀ ਵੱਖ ਵੱਖ ਇਤਿਹਾਸਕਾਰਾਂ ਨੇ ਗੁਰੂ ਹਰ ਰਾਏ ਸਾਹਿਬ ਜੀ ਦੇ ਮਾਤਾ ਜੀ ਦੇ ਨਾਂ ਵੱਖ ਵੱਖ ਲਿਖੇ ਹਨ, ਜਿਵੇਂ ਮਾਤਾ ਅਨੰਤੀ ਜੀ, ਮਾਤਾ ਨਿਹਾਲ ਕੌਰ ਜੀ, ਮਾਤਾ ਰਾਜ ਕੌਰ ਜੀ ਆਦਿ। ਧੀਰਮਲ ਆਪ ਦੇ ਵੱਡੇ ਭਰਾ ਸਨ। ਡੰਡੀ ਗੁਰੂ ਹਰ ਰਾਏ ਜੀ ਦੇ ਜਨਮ ਸਮੇਂ 6ਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਨ। ਜਦ ਉਹਨਾਂ ਨੂੰ ਬਾਲਕ ਦੇ ਜਨਮ ਦੀ ਖਬਰ ਮਿਲੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ ਵੱਡੀ ਚੀਜ਼ ਦਾ ਗਾਹਕ ਆਇਆ ਹੈ। ਡੰਡੀ ਕੀਰਤਪੁਰ ਸਾਹਿਬ ਪਹੁੰਚ ਕੇ ਬਾਲਕ ਨੂੰ ਗੋਦੀ ਵਿੱਚ ਚੁੱਕਿਆ ਤੇ ਕਈ ਵਾਰ ਦਿੱਤੇ ਤੇ ਨਾਮ ਹਰ ਰਾਏ ਰੱਖਿਆ ਤੇ ਫਰਮਾਇਆ ਕਿ ਇਹ ਧਰਤੀ ਦਾ ਭਾਰ ਹੌਲਾ ਕਰਨ ਲਈ ਆਏ ਹਨ। ਡੰਡੀ ਆਪ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਬੇਇੰਤਹਾ ਪਿਆਰ ਕਰਦੇ ਸਨ। ਡੰਡੀ ਪਸ਼ੂ ਪੰਛੀ ਫੁੱਲ ਬੂਟਿਆਂ ਨੂੰ ਵੀ ਬਹੁਤ ਪਿਆਰ ਕਰਦੇ ਸਨ। ਡੰਡੀ ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਵਾਰ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨਿਤਨੇਮ ਅਨੁਸਾਰ ਸਵੇਰ ਦੀ ਸੈਰ ਕਰ ਰਹੇ ਸਨ ਕਿ ਆਪ ਦੇ ਲੰਬੇ ਚੋਲੇ ਨਾਲ ਖਹਿ ਕੇ ਫੁੱਲ ਟੁੱਟ ਕੇ ਪੱਤੀ ਪੱਤੀ ਹੋ ਗਏ। ਡੰਡੀ ਜਦ ਆਪ ਜੀ ਨੇ ਦੇਖਿਆ ਕਿ ਫੁੱਲ ਟੁੱਟ ਗਏ ਹਨ ਤਾਂ ਗਹਿਰੀ ਸੋਚ ਵਿੱਚ ਪੈ ਗਏ ਤੇ ਸੋਚ ਕੇ ਉਦਾਸ ਹੋ ਗਏ ਕਿ ਮੇਰੇ ਕਾਰਨ ਇਹ ਫੁੱਲ ਟੁੱਟ ਗਏ ਹਨ। ਤਾਂ ਉਸੇ ਵਕਤ ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਜੀ ਵੀ ਉੱਥੇ ਆ ਗਏ ਤੇ ਪੁੱਛਿਆ ਕਿ ਫੁੱਲ ਕਿਸ ਤਰ੍ਹਾਂ ਟੁੱਟੇ ਹਨ। ਤਾਂ ਆਪ ਜੀ ਨੇ ਨਿਮਰਤਾ ਨਾਲ ਹੱਥ ਜੋੜ ਕੇ ਉੱਤਰ ਦਿੱਤਾ ਕਿ ਇਹ ਮੇਰੇ ਲੰਬੇ ਚੋਲੇ ਨਾਲ ਅੜ ਕੇ ਟੁੱਟ ਗਏ ਹਨ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝਾਇਆ ਕਿ ਜਦ ਦੁਨੀਆ ਰੂਪੀ ਬਾਗ ਵਿੱਚ ਵਿਚਰਨਾ ਹੋਵੇ ਤਾਂ ਚੋਲਾ ਸਮੇਟ ਕੇ ਚੱਲੀਦਾ ਹੈ। ਡੰਡੀ ਉਸ ਦਿਨ ਤੋਂ ਹੀ ਆਪ ਆਪਣਾ ਚੋਲਾ ਸਮੇਟ ਕੇ ਸੈਰ ਕਰਨ ਲੱਗ ਪਏ। ਡੰਡੀ 1644 ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪ ਜੀ ਨੂੰ ਸੌਂਪੀ। ਡੰਡੀ ਨੈਕਸਟ ਪੈਸੇਜ। ਜਦ 8 ਮਾਰਚ 1644 ਨੂੰ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਵਕਤ ਆਪ ਜੀ ਦੀ ਉਮਰ 14 ਸਾਲ ਸੀ। ਡੰਡੀ ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਇਆ। ਡੰਡੀ ਗੁਰੂ ਹਰਰਾਏ ਜੀ ਸ਼ਾਂਤ ਸੁਭਾਅ ਦੇ ਮਾਲਕ ਸਨ। ਡੰਡੀ ਸ਼੍ਰੀ ਗੁਰੂ ਹਰਰਾਏ ਜੀ ਦਾ ਹਿਰਦਾ ਬੜਾ ਕੋਮਲ ਸੀ। ਡੰਡੀ ਆਪ ਨਾਮ ਸਿਮਰਨ ਦੀ ਮੂਰਤ ਸਨ। ਡੰਡੀ ਸੰਤ ਸੁਭਾਅ ਤੇ ਨਿਮਰਤਾ ਦੇ ਪੁੰਜ ਸਨ। ਡੰਡੀ ਦਿਆਵਾਨ ਸਨ। ਡੰਡੀ ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਵਾਰ ਭਾਈ ਕਾਲੇ ਨੇ ਆਪਣੇ ਭਤੀਜਿਆਂ ਨੂੰ ਸਿਖਾਇਆ ਕਿ ਗੁਰੂ ਹਰਰਾਏ ਸਾਹਿਬ ਜੀ ਦੇ ਸਨਮੁਖ ਜਾ ਕੇ ਪੇਟ ਤੇ ਹੱਥ ਮਾਰ ਕੇ ਪੇਟ ਖੜਕਾਉਣ ਲੱਗ ਜਾਣਾ ਤੇ ਜਦ ਗੁਰੂ ਜੀ ਪੁੱਛਣ ਤਾਂ ਕਹਿਣਾ ਕਿ ਐਸੀ ਪੇਟੋ ਭੁੱਖੇ ਹਾਂ। ਡੰਡੀ ਬੱਚਿਆਂ ਨੇ ਇਸੇ ਤਰ੍ਹਾਂ ਹੀ ਕੀਤਾ। ਡੰਡੀ ਜਦ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਬੱਚਿਓ ਪੇਟ ਕਿਉਂ ਖੜਕਾਉਂਦੇ ਹੋ ਤਾਂ ਸਿੱਖੇ ਸਿਖਾਏ ਬੱਚਿਆਂ ਨੇ ਕਿਹਾ ਕਿ ਅਸੀਂ ਪੇਟੋ ਭੁੱਖੇ ਹਾਂ। ਡੰਡੀ ਲਓ ਜੀ ਇੱਥੇ ਆਪਣੀ ਜਿਹੜੀ ਡਿਕਟੇਸ਼ਨ ਸੀ ਕੰਪਲੀਟ ਹੋ ਗਈ ਹੈ। 90 ਵਰਡ ਪਰ ਮਿੰਟ ਦੀ ਡਿਕਟੇਸ਼ਨ ਹੈ। ਜੇਕਰ ਤੁਹਾਨੂੰ ਇਹ ਵਧੀਆ ਲੱਗਦੀ ਹੈ ਡਿਕਟੇਸ਼ਨ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲਾਈਕ ਕਰਨਾ ਵੀ ਨਾ ਭੁੱਲਿਓ। ਇਹ ਗੁਰੂ ਸਾਹਿਬ ਬਾਰੇ ਸੀ ਡਿਕਟੇਸ਼ਨ ਗੁਰੂ ਹਰਰਾਏ ਜੀ ਦਾ। ਲਾਈਕ ਕਰਨਾ ਨਾ ਭੁੱਲਿਓ, ਗੁਰੂ ਹਰਰਾਏ ਜੀ ਨੂੰ ਜਿਹੜੇ ਪਿਆਰ ਕਰਦੇ ਨੇ। ਚੈਨਲ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਇਸੇ ਤਰ੍ਹਾਂ ਤੁਹਾਨੂੰ ਜਿਹੜੀ ਕਿ ਡਿਕਟੇਸ਼ਨ ਮਿਲਦੀਆਂ ਰਹਿਣਗੀਆਂ। ਫਿਰ ਮਿਲਾਂਗੇ ਅਗਲੀ ਵੀਡੀਓ। ਸਤਿ ਸ਼੍ਰੀ ਅਕਾਲ ਸਾਰੇ।